सो हाँ जी, सत श्री अकाल जी। मेरे सारे यूट्यूब चैनल देखने वाले, मेरे सारे भरावां नूं, मित्रां नूं, मेरे वालों यानी कि हारवीगल वालों सत श्री अकाल जी। सो एक बई आपां पहला वीडियो पाई सी है ना, इंटरव्यू दी बापू जी दी, ते उहदे च पाणी दस्सिया सीगा, चलो नहीं ध्यान है ना भी नहीं चंगी तरह दस्सिया जां कुछ है ना, ते भरावां ने बहुत गलत कमेंट कीते सी है ना। ते मैं एक गल कहना वीरे, किसे तों पैसे लै के तां नहीं वीडियो बनाई, ठीक है। आपां थोड़े करके बापू नूं रिक्वेस्ट की, कोई बंदा अज तक मैनू दिखा दो जिन्हें यूट्यूब ते भैं चो आपदा चाके पानी पाया होवे, ठीक है। बापू ने आपदा पानी पाया, आपां नूं दस्सिया, सिर्फ थोड़े भरावां करके उहदियां मिन्नतां कीतियां बापू दियां वी बापू जी पानी दसो दसो दसो, नवें भरावां नूं कुछ सिखण नूं मिल जाए है ना। पर तुसीं बई उही गल वी यार, जे तुहानूं कुछ मिल जाए तां ठीक आ, नहीं तुसीं फिर गाह पा दिंदे हो है ना। ते इक अज मैं रिक्वेस्ट करदा, व्यू व्यू करी जांदे सी ना, सारे भरावां नूं रिक्वेस्ट है, जिहड़े आपदे माँ प्यो नूं जां जिहनूं वी प्यार करदे ना, उहदी सहुं सारिआं नूं 5,000 सबसक्राइबर वधणे चाहीदे, क्योंकि वीडियो ते अपनी ते 10,000 व्यू आउंदे ने है ना, वाच टाइम नहीं आउंदा, व्यू आउंदे ने, ठीक है। वी बंदे देखदे ने, 10 मिनटां दी वीडियो हुंदी आ, उहनूं वी 2 मिनटां च कंप्लीट कर जांदे आ भजा भजा के, ठीक है। ते मेरा तां बई, मैनूं तां कोई फायदा ही नहीं हैगा है ना, क्योंकि मेरा तां हजे तां चैनल नहीं मोनीटाइज होया, थोड़े भरावां करके है ना मैं तुरिया फिरदा, कदें उह तों पुछ कदें उह तों पुछ, ठीक है। जो आपदे कोल आ, आपां सहुं खाधी हुई है, ठीक है ਵੀ ਜੋ ਦੱਸਾਂਗੇ ਸਾਰਾ ਦੱਸਾਂਗੇ, ਜੋ ਕੁਛ ਆਪਾਂ ਕਰਦੇ ਹਾਂ ਨਾ, ਆਪਣੇ ਕੋਲ 4 ਪਾਣੀ ਲਿਖੇ ਹੋਏ ਨੇ, ਠੀਕ ਆ। ਆਪਾਂ ਉਹਨਾਂ ਦੇ ਕਬੂਤਰ ਵੀ ਛੱਡਿਆ, ਆਪਣਾ ਕਬੂਤਰ ਕਦੇ ਪਾਣੀ 'ਤੇ ਨਹੀਂ ਗਿਆ, ਠੀਕ ਆ। ਹਰਿਆਂ ਚੱਲ ਆਪਦੀਆਂ ਗਲਤੀਆਂ ਕਰਕੇ ਵੀ ਬਈ ਨਹੀਂ ਸਾਂਝੀਆਂ ਕੀਤੀਆਂ, ਤਾਂ ਬਾਜੀਆਂ ਹਰਿਆ ਲਾਸਟ ਵਾਲਿਆਂ 'ਚ ਹਰਿਆ ਇੱਕ ਅੱਧੇ ਥੱਲੇ, ਕੋਈ ਬੰਦਾ ਕਹਿ ਦੇ ਵੀ ਗਿੱਲ ਦਾ ਕਬੂਤਰ 12 ਵਜੇ ਡਿੱਗਿਆ, ਠੀਕ ਆ। 30 ਸਾਲ ਦੀ ਉਮਰ ਹੋ ਗਈ ਬਈ, ਘੱਟੋ ਘੱਟ ਮੈਨੂੰ ਐਂ ਹਿਸਾਬ ਲਾ ਲਓ ਵੀ 18-19 ਸਾਲ ਹੋ ਗਏ ਕਬੂਤਰਾਂ 'ਚ ਵੜਿਆ ਨੂੰ, 10 ਸਾਲਾਂ ਦਾ ਸੀ ਮੈਨੂੰ ਲੱਗਦਾ, 7-8 ਸਾਲਾਂ ਦਾ ਜਦੋਂ ਪਹਿਲੀ ਵਾਰ ਕਬੂਤਰ ਫੁੱਲ ਹਨੇਰੀ ਮੀਂਹ 'ਚ ਆ ਕੇ ਘਰ ਡਿੱਗਿਆ ਸੀ ਨਾ, ਉਹ ਕਬੂਤਰ ਰੱਖਿਆ, ਉਦੋਂ ਬਾਅਦ ਫਿਰ ਸ਼ੌਂਕ ਪਿਆ। ਅਤੇ 7-8 ਸਾਲ ਹੋ ਗਏ ਬਈ ਘਸਾਉਂਦਿਆਂ ਨੂੰ, ਠੀਕ ਆ। ਹਰੇਕ ਕਦੇ ਉਹ ਹਰੇਕ ਬੰਦੇ ਤੋਂ ਹੈ ਨਾ ਕੁਛ ਸਿੱਖਿਆ ਹੀ ਆ, ਵਾਹਿਗੁਰੂ ਨੇ ਇੰਨੀ ਕੁ ਕਿਰਪਾ ਕੀਤੀ ਆ ਵੀ ਅੱਜ ਸਾਰਾ ਕੁਛ ਹੈਗਾ। ਅਤੇ ਤੁਹਾਡੇ ਭਰਾਵਾਂ ਨਾਲ ਵੀ ਸਾਂਝਾ ਕਰੂੰਗਾ, ਸਾਰਿਆਂ ਨੂੰ ਆਪਦੇ ਆਪਦੇ ਹੈ ਨਾ, ਜਿਹਨੂੰ ਜਿਹਨੂੰ ਪਿਆਰ ਕਰਦੇ ਉਹਦੀ ਸਹੁੰ ਲੱਗੇ, 5,000 ਸਬਸਕ੍ਰਾਈਬਰ ਵਧਾ ਦਿਉ, ਠੀਕ ਹੈ। ਕਿਉਂਕਿ 10-10 ਹਜ਼ਾਰ ਵਿਊ ਆਉਂਦੇ ਨੇ ਬਈ, ਸਬਸਕ੍ਰਾਈਬਰ ਉੱਥੇ ਹੀ ਖੜ੍ਹੇ ਆ, ਸਬਸਕ੍ਰਾਈਬ ਕੋਈ ਕਰਦਾ ਨਹੀਂ ਵੀਡੀਓ, ਕੋਈ ਪੂਰੀ ਨਹੀਂ ਦੇਖਦਾ, ਅੱਜ ਵੀਡੀਓ ਪੂਰੀ ਦੇਖ ਲਿਓ ਜੇ ਪਾਣੀ ਲਿਖਣਾ, ਠੀਕ ਹੈ। ਇਹ ਬਾਪੂ ਨੇ ਦੱਸਿਆ ਸੀਗਾ ਵੀ ਇਹ ਰੋਣ ਵਾਲੇ ਦਾ ਪਾਣੀ ਆ, ਠੀਕ ਹੈ। ਬਾਪੂ ਦਾ ਮੈਂ ਨਾਂ ਭੁੱਲ ਗਿਆ, ਸੋਰੀ, ਉਹਨਾਂ ਦੇ ਉਸਤਾਦ ਦਾ। ਅਤੇ ਸਾਧੂ ਲਹਿਰੀ ਦਾ ਤੁਸੀਂ ਨਾਂ ਸੁਣਿਆ ਹੋਊਗਾ ਬਈ, ਕਹਿੰਦੇ ਕਹਾਉਂਦੇ ਬੰਦੇ ਸਟਾਰ ਬਣੇ ਬੈਠੇ ਨੇ ਅੱਜ, ਜਿਨ੍ਹਾਂ ਨੂੰ ਦੂਸਰਾਂ ਦੱਸੀਆਂ ਹੋਈਆਂ ਨੇ ਬਾਪੂ ਸਾਧੂ ਲਹਿਰੀ ਨੇ, ਠੀਕ ਹੈ। ਅਤੇ ਇਹ ਉਹਨਾਂ ਦੇ ਗੁਰਭਾਈ ਨੇ, ਇਹਨਾਂ ਨੇ ਆਪਦਾ ਪਾਣੀ ਚੱਕ ਕੇ ਆਪਾਂ ਨੂੰ ਦਿਖਾਇਆ, ਬਾਪੂ ਨੇ ਜਦੋਂ ਦਾ ਲਿਖਾਇਆ ਹੋਇਆ ਸੀ ਨਾ ਇਹਨੂੰ, ਉਹ ਕਾਗਜ਼ ਇਹਨਾਂ ਨੇ ਲੈਮੀਨੇਸ਼ਨ ਕਰਾ ਕੇ ਰੱਖਿਆ ਹੋਇਆ ਸੀ, ਜਿਹੜਾ ਤੁਹਾਨੂੰ ਮੈਂ ਵਿੱਚ ਦਿਖਾਇਆ ਸੀ, ਠੀਕ ਹੈ। ਸੋ ਭਰਾਵਾਂ ਨੂੰ ਬੇਨਤੀ ਆ ਬਈ, ਗਲਤ ਕਮੈਂਟ ਨਾ ਕਰਿਆ ਕਰੋ, ਠੀਕ ਹੈ। ਤੁਹਾਨੂੰ ਸਿੱਖਣ ਵਾਸਤੇ ਕੁਛ ਨਾ ਕੁਛ ਪਾਉਣੇ ਆ, ਠੀਕ ਹੈ। ਹਜੇ ਤੱਕ ਆਪਾਂ ਨੂੰ ਇਹ ਤਾਂ ਕੁਛ ਨਹੀਂ ਆਉਂਦਾ, ਠੀਕ ਹੈ। ਜੇ ਤੁਸੀਂ ਸਪੋਰਟ ਕਰੋਗੇ, ਵੀਡੀਓ ਪੂਰੀ ਦੇਖਿਆ ਕਰੋਗੇ, 10 ਮਿੰਟਾਂ ਦੀ ਵੀਡੀਓ ਹੈ, ਵਿੱਚ ਕਈ ਭਰਾ ਕਹਿੰਦੇ ਨੇ ਵੀ ਭਾਈ ਵੀਡੀਓ ਲੰਬੀ ਪਾਇਆ ਕਰ, ਵੀਡੀਓ ਮੈਂ ਲੰਬੀ ਕਿੱਥੋਂ ਪਾਵਾਂ, ਠੀਕ ਹੈ। 10 ਮਿੰਟਾਂ ਦੀ ਵੀਡੀਓ ਦੇਖਦੇ ਆ ਤੁਸੀਂ, ਭਜਾ ਭਜਾ ਕੇ 2 ਮਿੰਟ ਹੋ, ਫਿਰ ਤੁਹਾਨੂੰ ਐਂ ਨਹੀਂ ਪਤਾ ਲੱਗਦਾ ਵੀਡੀਓ 'ਚ ਹੈ ਕੀ ਆ, ਕਮੈਂਟ ਕਰਨ ਲੱਗੇ ਕਮੈਂਟ ਲਾਉਂਦੇ ਹੋ ਹੈ ਨਾ। ਕਮੈਂਟ ਕੀਤਾ ਬਾਈ, ਕਹਿੰਦਾ ਤੇਰੇ ਖੁੱਡੇ 'ਚ ਤਾਂ ਘਾਹ ਉੱਗ ਰਿਹਾ, ਉਹ ਭਰਾਵਾ ਚੱਜ ਨਾਲ ਮੈਂ ਉਹਨੂੰ ਕਿਹਾ ਮੈਂ ਖੁੱਡੇ ਤਾਂ ਦੇਖ ਲਾ, ਖੁੱਡਿਆਂ ਦੇ ਨਹੀਂ ਹੈਗੇ, ਉਹ ਬਾਹਰਲੇ ਪਾਸੇ ਆ ਘਾਹ, ਖੁੱਡੇ ਦਾ ਜੇ ਤੁਸੀਂ ਕਹਿੰਦੇ ਮੈਂ ਤੁਹਾਨੂੰ ਹੁਣ ਵੀ ਸ਼ੋਅ ਕਰਾ ਦਿੰਦਾ, ਸਾਰੇ ਖੁੱਡਿਆਂ 'ਚ ਸਫਾਈ ਦੇਖ ਲਿਓ ਤੁਸੀਂ, ਠੀਕ ਆ। ਅਤੇ ਭਰਾ ਬਣ ਕੇ ਗਲਤ ਕਮੈਂਟ ਨਾ ਕਰਿਆ ਕਰੋ। ਅਤੇ ਹੁਣ ਆਪਾਂ ਆਹ ਵੀਡੀਓ 'ਤੇ ਘੱਟੋ ਘੱਟ 50,000 ਵਿਊ ਚਾਹੀਦੇ ਨੇ, ਸਾਰੇ ਭਰਾ ਸ਼ੇਅਰ ਕਰਿਓ, ਹੱਥ ਜੋੜ ਕੇ ਬੇਨਤੀ ਆ ਹੈ ਨਾ। ਹੁਣ ਤੁਸੀਂ ਵਿਊ ਵਾਲੀ ਗੱਲ ਕਰਤਾ ਦਿੱਤੀ, ਤਾਂ ਭਰਾ ਬਣ ਕੇ ਆਪਦੇ ਭਰਾ ਦੇ ਚੈਨਲ ਦੀ ਸਪੋਰਟ ਕਰੋ, ਠੀਕ ਆ। ਤੁਹਾਨੂੰ ਸਾਰਾ ਪਾਣੀ ਲਿਖਾਊਂਗਾ, ਅੱਗੇ ਗੋਲੀ ਬਾਰੇ ਵੀ ਦੱਸੂੰਗਾ, ਸਾਰਾ ਕੁਛ ਦੱਸਾਂਗੇ ਹੈ ਨਾ। ਕੋਈ ਕਿਸੇ ਤੋਂ ਕੁਛ ਨਹੀਂ ਲੈਂਦੇ ਬਈ, ਠੀਕ ਆ। ਬਾਪੂ ਨੇ ਵੀ ਇਹੀ ਗੱਲ ਕਹੀ ਆ, ਮੈਂ ਵੀ ਇਹੀ ਗੱਲ ਕਹਿਣਾ ਆਪਾਂ ਨੂੰ ਇੰਸਟਾਗ੍ਰਾਮ 'ਤੇ, ਠੀਕ ਆ। ਮੇਰੀ ਆਈ ਡੀ ਹੈਗੀ ਮਰ ਜਾਣਾ ਗਿੱਲ ਇੰਸਟਾਗ੍ਰਾਮ 'ਤੇ, ਉਹਦੇ ਫੋਲੋ ਕਰ ਲਿਓ, ਉੱਥੇ ਮੈਨੂੰ ਮੈਸੇਜ ਕਰਕੇ ਜੋ ਮਰਜ਼ੀ ਪੁੱਛ ਸਕਦੇ ਹੋ ਬਈ, ਕੋਈ ਚੱਕਰ ਨਹੀਂ ਆਪਾਂ ਨੂੰ। ਪਹਿਲਾਂ ਵਾਲੀਆਂ ਵੀਡੀਓ ਆਪਣੀਆਂ, ਜਿਹੜੇ ਭਰਾ ਗਲਤ ਕਮੈਂਟ ਕਰਦੇ ਨਾ, ਪਹਿਲਾਂ ਵਾਲੀਆਂ ਆਪਣੀਆਂ ਵੀਡੀਓ ਚੈੱਕ ਕਰਿਓ, ਇੱਕ ਵੀ ਵੀਡੀਓ ਕਿਸੇ ਦੀ ਕਾਪੀ ਕੀਤੀ ਹੋਵੇ ਜਾਂ ਕਿਸੇ ਦਾ ਕੁਛ ਵੀ ਗਲਤ ਹੋਵੇ, ਜੋ ਦਵਾਈ ਪਾਈ ਆ, ਜੋ ਕੁਛ ਦੱਸਿਆ ਹੈ ਨਾ, ਸਾਰਾ ਜੋ ਆਪਾਂ ਨੂੰ ਪਤਾ ਉਹ ਦੱਸਿਆ, ਅਤੇ ਸਾਰਾ ਸੱਚ ਦੱਸਿਆ, ਠੀਕ ਆ। ਅਤੇ ਉਹ ਵੀਡੀਓ ਥੱਲੇ ਕਮੈਂਟ ਵੀ ਦੇਖ ਲਿਓ ਸਾਰੀਆਂ ਥੱਲੇ, ਠੀਕ ਆ। ਸੋ ਭਰਾ ਬਣ ਕੇ ਗਲਤ ਕਮੈਂਟ ਨਾ ਕਰਿਆ ਕਰੋ, ਠੀਕ ਆ। ਸਭ ਕੁਛ ਦੱਸਾਂਗੇ, ਲਾਜ ਪਾਣੀ ਲਿਖ ਲਿਓ, ਠੀਕ ਆ। ਅਤੇ ਵੀਡੀਓ ਸਾਰੀ ਭਰਾ ਬਣ ਕੇ ਪੂਰੀ ਦੇਖਿਓ, ਅਤੇ ਜਿਹੜੇ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ, ਆਪਣੇ ਨੂੰ ਸਬਸਕ੍ਰਾਈਬ ਕਰ ਲਿਓ, ਹੱਥ ਜੋੜ ਕੇ ਬੇਨਤੀ ਆ, ਠੀਕ ਆ। ਅਤੇ ਵੀਡੀਓ ਪੂਰੀ ਦੇਖਿਓ, ਚਾਹੇ 10 ਮਿੰਟਾਂ ਦੀ ਇਹ, ਚਾਹੇ 15 ਮਿੰਟ ਦੀ, ਕਿਉਂਕਿ ਵਿੱਚ ਭਰਾ ਵੀ ਕਹਿੰਦੇ ਨੇ ਹੈ ਨਾ ਲੰਬੀ ਵੀਡੀਓ ਬਣਾਇਆ ਕਰੋ, ਲੰਬੀ ਵੀਡੀਓ ਕਿੱਥੋਂ ਬਣਾਵਾਂ ਬਾਈ, ਠੀਕ ਆ। ਦੇਖਦੇ ਤਾਂ ਯਾਰ 2 ਮਿੰਟਾਂ, ਮੇਰਾ ਵਾਚ ਟਾਈਮ ਤਾਂ ਹਜੇ ਤੱਕ ਪੂਰਾ ਨਹੀਂ ਹੋਇਆ ਹੈ ਨਾ, ਅਤੇ ਅੱਜ ਤੱਕ ਮੈਂ ਕਿਹਾ ਵੀ ਨਹੀਂ ਹੈਗਾ ਕਿਸੇ ਨੂੰ, ਪਰ ਹੁਣ ਕਹਿਣਾ ਵੀ ਜਿਹੜੇ ਵੀ ਆਪਦੇ ਮਾਂ ਪਿਓ ਨੂੰ ਜਿਹਨੂੰ ਵੀ ਪਿਆਰ ਕਰਦੇ ਹੈ ਨਾ, ਉਹਦੀ ਸਹੁੰ ਲੱਗੇ, 5,000 ਸਬਸਕ੍ਰਾਈਬਰ ਆਪਣਾ ਪੂਰਾ ਕਰਾ ਦਿਉ, ਠੀਕ ਹੈ। ਅਤੇ 50,000 ਵਿਊ ਆਉਣੇ ਚਾਹੀਦੇ ਆ ਆਹ ਪਾਣੀ 'ਤੇ,
ਤੇ ਆਪਾਂ ਵਾਹਿਗੁਰੂ ਦੀ ਸਹੁੰ ਖਾ ਕੇ ਕਹਿੰਦੇ ਹਾਂ ਇਹ ਸੱਚਾ ਬਈ, ਇੱਕ ਵੀ ਚੀਜ਼ ਨਹੀਂ ਗਲਤ ਲਿਖੀ ਹੋਈ ਇਹ ਪਾਣੀ 'ਚ, ਠੀਕ ਹੈ, ਕਿਉਂਕਿ ਤੁਹਾਡੀ ਬਾਕੀ ਤੁਹਾਡੀ ਕਿਸਮਤ ਆ, ਠੀਕ ਆ, ਕਿਉਂਕਿ ਇਕੱਲਾ ਪਾਣੀ ਅਤੇ ਕਬੂਤਰ ਨਹੀਂ ਕੰਮ ਕਰਦਾ, ਬੰਦੇ ਦੀ ਕਿਸਮਤ ਵੀ ਕੰਮ ਕਰਦੀ ਆ, ਹੈ ਨਾ। ਜੇ ਹੁਣ ਬੰਦੇ ਦੀ ਕਿਸਮਤ ਹੀ ਨਾ ਸਾਥ ਦੇਊਗੀ ਤਾਂ ਫਿਰ ਉਹਦੇ 'ਚ ਤਾਂ ਕੀ ਕਹਿਣਾ, ਕਿਉਂਕਿ ਤੈਨੂੰ ਪਤਾ ਕਿਹੜੇ ਬੜੇ ਬੜੇ ਖਿਡਾਰੀ ਹੈ ਨਾ ਜਿਹੜੇ ਇੰਨੇ ਇੰਨੇ ਬਾਜ਼ ਜਿੱਤੇ ਹੁੰਦੇ, ਕਈ ਵਾਰੀ ਉਹਨਾਂ ਦਾ ਖਾਤਾ ਵੀ ਨਹੀਂ ਖੁੱਲਦਾ। ਪਰ ਪਾਣੀ ਦੀ ਆਪਾਂ ਸਹੁੰ ਖਾ ਕੇ ਕਹਿੰਦੇ ਹਾਂ ਪਾਣੀ ਜਮ੍ਹਾਂ ਸਹੀ ਆ, ਅਤੇ ਆ ਹੁਣ ਤੁਸੀਂ ਆਪਦਾ ਲਿਖ ਲਿਓ ਅਤੇ ਵੀਡੀਓ ਨੂੰ ਪੂਰੀ ਦੇਖਿਓ, ਸਕਿੱਪ ਕਰਕੇ ਨਾ ਦੇਖਿਓ ਭਰਾ ਬਣ ਕੇ, ਹੈ ਨਾ। ਜੇ ਤੁਸੀਂ ਵੀਹਾਂ ਵਾਲੀ ਗੱਲ ਕੀਤੀ ਹੈ ਨਾ ਤਾਂ ਫਾਇਦਾ ਮੈਨੂੰ ਵੀ ਦਿਓ ਭਰਾ ਬਣ ਕੇ, ਵੀ ਅੱਗੇ ਤੁਹਾਡੇ ਵਾਸਤੇ ਵਧੀਆ ਵੀਡੀਓ ਲੈ ਕੇ ਆਉਂਦਾ ਰਹਾ, ਹੈ ਨਾ। ਅਤੇ ਜੋ ਵੀ ਆਪਾਂ ਜੇ ਕਬੂਤਰ ਵੀ ਸਾਂਭਾਂਗੇ ਨਾ ਤੁਹਾਡੇ ਸਾਹਮਣੇ ਵੀਡੀਓ ਪਾਵਾਂਗੇ ਵੀ ਬਈ ਆਹ ਦੇ ਕੇ ਕਬੂਤਰ ਦਿੱਤਾ, ਇਦੋਂ ਅਗਲੀ ਵੀਡੀਓ 'ਚ ਆਲੂ ਬੁਖਾਰਾ ਵੀ ਸਹੀ ਟਾਈਮ ਜਮ੍ਹਾਂ। ਉਹ ਬੰਦਿਆਂ ਦਾ ਤੁਸੀਂ ਚੈੱਕ ਕਰ ਲਿਓ, ਬਾਪੂ ਬਲਕੌਰ ਦਾ ਰਿਕਾਰਡ ਚੈੱਕ ਕਰਿਓ ਪਹਿਲਾਂ, ਠੀਕ ਆ। ਬਾਪੂ ਨਿੰਗਣਾ ਬਾਜ਼ੀਆਂ ਛੱਡਦਾ ਰਿਹਾ, ਸਾਰੇ ਕਬੂਤਰ ਆਪਦੇ ਘਰੋਂ ਛੱਡਦਾ ਸੀਗਾ ਅਤੇ ਕੋਈ ਬਾਜ਼ੀ ਨਹੀਂ ਹਾਰਦਾ ਸੀ। 9 ਬਾਜ਼ੀਆਂ ਇਹਨਾਂ ਦੀਆਂ ਬੰਨੀਆਂ ਸੀਗੀਆਂ ਬਾਪੂ ਨਾਲ, ਪੀਰ ਕੋਟੀਆਂ ਨਾਲ, ਹੈ ਨਾ। ਰਿਸਪੈਕਟ ਕਰਦੇ ਹਾਂ ਆਪਾਂ, ਆਪਾਂ ਵੀ ਉਹਨਾਂ ਦੇ ਵੀ ਫੈਨ ਆ, ਠੀਕ ਆ। ਬਾਪੂ ਪੀਰ ਕੋਟੀਆਂ ਵਾਲਿਆਂ ਨਾਲ, ਯਾਦਵਿੰਦਰ ਜੀ ਨਾਲ ਬਾਜ਼ੀਆਂ ਬੰਨੀਆਂ ਸੀ, 9 ਬਾਜ਼ੀਆਂ ਸੀ ਸ਼ਾਇਦ, 9 'ਚੋਂ 8 ਬਾਜ਼ੀਆਂ ਜਿੱਤੀਆਂ ਸੀਗੀਆਂ ਬਾਪੂ ਹੋਰਾਂ ਨੇ। ਇੱਕ ਕਬੂਤਰ ਭੱਜ ਗਿਆ ਸੀ, ਇਹ ਬਾਪੂ ਨਿੰਗ ਘਰਾਂਗਣੇ ਦੇ ਘਰੇ ਲੱਗਿਆ ਹੋਇਆ ਕਬੂਤਰ ਸੀ ਨੀਲਾ, ਠੀਕ ਆ। 8 ਬਾਜ਼ੀਆਂ ਉਹਨਾਂ 'ਚੋਂ ਜਿੱਤੇ ਸੀਗੇ। ਲੈ ਹੁਣ ਪਾਣੀ ਲਿਖ ਲਓ ਅਤੇ ਸਾਰਾ ਵੀਡੀਓ 'ਚ ਦੱਸੂਗਾ, ਅਤੇ ਭਰਾ ਬਣ ਕੇ ਵੀਡੀਓ ਸਕਿੱਪ ਨਾ ਕਰਿਓ, ਅਤੇ 5,000 ਆਪਣਾ ਸਬਸਕ੍ਰਾਈਬਰ ਪੂਰਾ ਕਰਵਾਉਣਾ ਹੁਣ ਤੁਸੀਂ, ਠੀਕ ਆ। ਜੇ ਆਪਦੇ ਭਰਾ ਦੀ ਸਪੋਰਟ ਕਰਦੇ ਹੋ, ਜੇ ਤੁਹਾਨੂੰ ਲੱਗਦਾ ਜੇ ਤੁਸੀਂ ਕੁਛ ਸਿੱਖਣਾ, ਹੈ ਨਾ, ਆਪਣੇ ਭਰਾ ਦੇ ਚੈਨਲ ਨੂੰ ਸਪੋਰਟ ਕਰੋ ਫੁੱਲ, ਵੱਧ ਤੋਂ ਵੱਧ ਜਿੰਨੀ ਵੀ ਵੀਡੀਓ ਦੇਖਦੇ ਹੁੰਦੇ ਭਜਾ ਕੇ ਨਾ ਦੇਖਿਆ ਕਰੋ, ਠੀਕ ਆ। ਸਾਰੀ ਪੂਰੀ ਦੇਖਿਓ ਵੀਡੀਓ। ਲੈ ਹੁਣ ਆਪਾਂ ਪਾਣੀ ਲਿਖਾਉਂਦੇ ਹਾਂ ਅਤੇ ਸਾਰੇ ਭਾਈ ਆਪਦਾ ਲਿਖ ਲਓ, ਠੀਕ ਆ। ਇਹ ਪਾਣੀ ਆ ਬਈ ਫੁੱਲ ਜੇਠ ਹੜ੍ਹ ਵਾਲਾ, ਠੀਕ ਆ, ਵੀ ਮੌਸਮ ਦੇ ਹਿਸਾਬ ਨਾਲ ਫੁੱਲ ਗਰਮੀ ਵਾਲਾ ਪਾਣੀ ਆ, ਠੀਕ ਆ। ਕੋਈ ਚੱਕਰ ਨਹੀਂ ਹੈਗਾ, ਸਾਰਾ ਦੱਸਾਂਗੇ ਜੇ ਬਾਕੀ ਕਿਸੇ ਨੂੰ ਕੋਈ ਸਮਝ 'ਚ ਇਸ 'ਚ ਵੀ ਨਾ ਸਮਝ ਆਇਆ, ਠੀਕ ਆ। ਫਿਰ ਮੇਰੇ ਭਰਾ, ਮੇਰਾ ਇੰਸਟਾਗ੍ਰਾਮ ਆਈਡੀ ਹੈ ਮਰ ਜਾਣਾ ਗਿੱਲ, ਠੀਕ ਹੈ, ਉਹਦੇ 'ਤੇ ਮੈਨੂੰ ਫੋਲੋ ਕਰਕੇ ਮੈਨੂੰ ਕਮੈਂਟ ਕਰ ਲਿਓ, ਅਤੇ ਆਪਣਾ ਇੰਸਟਾਗ੍ਰਾਮ ਵੀ ਫੋਲੋ ਕਰ ਲਿਓ। ਅਤੇ ਇਹਦੇ 'ਚ ਬਈ ਪਹਿਲੀ ਹੈਗੀ ਆ ਕਾਸ਼ਣੀ, ਕਾਸ਼ਣੀ ਹੈਗੀ ਅੱਧਾ ਤੋਲਾ, ਠੀਕ ਆ। ਮਲੱਠੀ ਹੈ 1 ਤੋਲਾ, ਸਰਦ ਚੀਨੀ ਹੈ 1 ਤੋਲਾ, ਠੀਕ ਹੈ, ਬੀਜ ਦਾਣਾ ਹੈ 1 ਤੋਲਾ, ਠੀਕ ਹੈ, ਸਿਲਾਜੀਤ ਹੈ 1 ਤੋਲਾ। ਹੁਣ ਸਿਲਾਜੀਤ ਦੀ ਗੱਲ ਸੁਣ ਲਓ, ਠੀਕ ਹੈ। ਸਿਲਾਜੀਤ ਵੀ ਕਈ ਤਰ੍ਹਾਂ ਦੀ ਆਉਂਦੀ ਹੈ, ਲਿਕੁਇਡ 'ਚ ਵੀ ਆਉਂਦੀ ਆ, ਹੈ ਨਾ, ਜਿਹੜੀ ਪਾਣੀ ਜਿਹਾ ਬਣ ਜਾਂਦੀ ਆ, ਅਤੇ 1 ਆਉਂਦੀ ਹੈ ਡਲੀਆਂ ਵਾਲੀ ਸਿਲਾਜੀਤ, ਠੀਕ ਆ। ਅਤੇ ਤੁਸੀਂ ਡਲੀਆਂ ਵਾਲੀ ਸਿਲਾਜੀਤ ਲੈਣੀ ਆ ਵੀਰੇ, ਅਤੇ ਤੁਸੀਂ ਵੀਰੇ ਡਲੀਆਂ ਵਾਲੀ ਸਿਲਾਜੀਤ ਲੈਣੀ ਆ, ਉਹਦਾ ਪਾਊਡਰ ਬਣਾ ਕੇ ਵਿੱਚ ਪਾਉਣਾ, ਠੀਕ ਆ। ਇਹ ਹੁਣ ਧਿਆਨ ਰੱਖ ਲਿਓ, ਸਿਲਾਜੀਤ ਤੋਂ ਬਾਅਦ ਬਈ ਚਿੱਟਾ ਜੀਰਾ, ਠੀਕ ਆ, ਚਿੱਟਾ ਜੀਰਾ ਪਾਉਣਾ 1 ਤੋਲਾ, ਧਨੀਆ, ਧਨੀਆ ਪਾਉਣਾ 1 ਤੋਲਾ, ਗੁਲਾਬ ਦੇ ਫੁੱਲ ਨੇ ਵੀਰੇ 2 ਤੋਲੇ, ਠੀਕ ਆ, ਅਨਾਰਦਾਣਾ ਵੀਰੇ 2 ਤੋਲੇ, ਠੀਕ ਆ, ਸਿੱਟਾ ਮਿਸ਼ਰੀ ਆ 2 ਤੋਲੇ, ਠੀਕ ਆ। ਇਹ ਸਾਰਿਆਂ ਦਾ ਗੱਲ ਸੁਣ ਲਓ, ਪਾਊਡਰ ਬਣਾ ਕੇ ਸਾਰਾ ਦਾ, ਠੀਕ ਆ, ਆਪਦੇ ਕੋਲ ਰੱਖ ਲੈਣਾ। ਤੁਸੀਂ ਐਂ ਹਿਸਾਬ ਲਾ ਲਓ ਵੀ 2 ਨਲਕੀਆਂ ਪਾਣੀ ਦੇ ਵਿੱਚ, 1 ਚੂੰਡੀ ਭਿਉਣੀ ਹੈ, ਠੀਕ ਆ। ਹਜੇ ਹੋਰ ਵੀ ਰਹਿੰਦੇ ਆ, ਉਹ ਵੀ ਵਿੱਚ ਤੁਹਾਨੂੰ ਦੱਸੂਗਾ ਵੀ, ਕਿਉਂਕਿ ਤੁਸੀਂ ਵੀਡੀਓ ਪੂਰੀ ਦੇਖ ਲਓਗੇ, ਨਹੀਂ ਭਜਾ ਭਜਾ ਕੇ ਬਾ ਪਾਣੀ ਲਿਖ ਕੇ ਤੁਸੀਂ ਉਹੀ ਗੱਲ ਵੀ ਆਪਦੇ ਬਾਅਦ ਆਪਦਾ ਮਤਲਬ ਸਭ ਨੇ ਕੱਢਣਾ, ਠੀਕ ਆ, ਦੂਜੇ ਦੀ ਗੱਲ ਨਹੀਂ ਸੁਣਨੀ। ਇਹ ਨਹੀਂ ਹੈਗਾ ਵੀ ਚੱਲ 10 ਮਿੰਟ ਦਾ ਬਾਈ ਨੇ ਵੀਡੀਓ ਬਣਾਤੀ, ਹੈ ਨਾ, ਵੀ ਆਪਾਂ ਪੂਰੀ ਦੇਖ ਲਈਏ, ਚੱਲ ਬਈ ਉਹਨੂੰ ਵੀ ਫਾਇਦਾ ਹੋਵੇ ਜੋ ਆਪਣੇ ਵਾਸਤੇ ਕਰਦਾ, ਠੀਕ ਆ। ਅੱਜ ਤੱਕ ਕਿਸੇ ਨੇ ਆਪਦਾ ਪਾਣੀ ਨਹੀਂ ਲਿਖਾਇਆ, ਮੇਰੇ ਪਾਣੀ ਨੇ ਜਿਹੜੇ, ਮੈਂ ਤੁਹਾਨੂੰ ਉਹ ਪਾਣੀ ਵੀ ਲਿਖਾਊਂਗਾ, ਕਬੂਤਰ ਪਾਣੀ 'ਤੇ ਨਹੀਂ ਜਾਂਦਾ, ਹੋਰ ਦੱਸੋ। ਅਤੇ ਮੇਰਾ ਕਬੂਤਰ ਅੱਜ ਤੱਕ ਗਿਆ ਵੀ ਨਹੀਂ, ਅਤੇ ਪੁੱਛ ਲਓ, ਚੀਕ ਦੇ ਪੱਠੇ ਛੱਡੇ ਹੋਏ ਨੇ 0 ਕਲੀ ਦੇ, ਠੀਕ ਆ, 35-35 ਕਬੂਤਰਾਂ 'ਚੋਂ 2 ਕਬੂਤਰ ਰਹਿ ਜਾਂਦੇ ਸੀ 0 ਕਲੀ ਦੇ ਪੱਠੇ, ਕੋਈ ਇੰਨੀ ਖੁਰਾਕ ਨਹੀਂ ਪਾਈ ਸੀ ਸਾਂਭ ਸਾਂਭ 'ਤੇ ਬਸ, ਠੀਕ ਆ, ਟਾਈਮ ਟਾਈਮ 'ਤੇ ਸਾਂਭ ਕੇ ਛੱਡੇ ਸੀ ਬਾਈ, ਫਿਰ ਵੀ 6-6 ਵਜਾਏ ਨੇ ਕਬੂਤਰਾਂ ਨੇ, ਠੀਕ ਆ। ਇਹ ਸਾਰੇ ਕੁਛ ਦਾ ਪਾਊਡਰ ਬਣਾ ਲੈਣਾ ਤੁਸੀਂ, ਪਾਊਡਰ ਬਣਾ ਕੇ ਆਪਦਾ ਰੱਖ ਲਿਓ, ਠੀਕ ਆ। ਇੱਕ ਸੀਜ਼ਨ ਹੀ ਕੱਢਦਾ ਹੁੰਦਾ ਪਾਣੀ, ਤੁਹਾਨੂੰ ਵੀ ਪਤਾ, ਕਿਉਂਕਿ ਕਈ ਚੀਜ਼ਾਂ ਵਿੱਚੋਂ ਖਰਾਬ ਹੋਣ ਵਾਲੀਆਂ ਹੁੰਦੀਆਂ ਨੇ, ਸੋ ਇਹਦਾ ਪਾਣੀ ਬਣਾ ਕੇ ਪਾਊਡਰ ਬਣਾ ਕੇ ਰੱਖ ਲਿਓ, ਠੀਕ ਆ। ਪੂਰੀ ਗਰਮੀ 'ਚ ਜਦੋਂ ਫੁੱਲ ਗਰਮੀ ਹੁੰਦੀ ਆ, ਇਹ ਫੁੱਲ ਗਰਮੀ 'ਚ ਤੁਹਾਨੂੰ ਲੱਗਣ ਦਾ ਦੱਸਦਾ, ਅਤੇ ਜਿਹੜੀਆਂ ਕੁਛ ਚੀਜ਼ਾਂ ਰਹਿਗੀਆਂ ਉਹ ਵੀ ਤੁਹਾਨੂੰ ਵਿੱਚ ਦੱਸੂਗਾ, ਠੀਕ ਆ। ਕੱਲ੍ਹ ਮੈਂ ਸਾਰਾ ਤੁਹਾਡੇ ਕਰਕੇ 1.5 ਘੰਟਾ ਲਾਇਆ ਬਾਪੂ ਨਾਲ, ਸਾਰਾ ਕੁਛ ਪੁੱਛਿਆ, ਠੀਕ ਆ। ਸਿਲਾਜੀਤ ਹੁਣ ਤੁਹਾਨੂੰ ਪਤਾ ਲੱਗ ਗਿਆ ਡਲੀ ਵਾਲੀ ਆ, ਠੀਕ ਆ, ਗੇੜਿਆਂ ਤੋਂ 1 ਦਿਨ ਪਹਿਲਾਂ, ਜਦੋਂ ਆਪਣੇ ਗੇੜੇ ਹੁੰਦੇ ਨੇ ਲਾਸਟ, ਉਦੋਂ ਪਹਿਲਾਂ 1 ਦਿਨ ਆਪਣੀ ਰੈਸਟ ਹੁੰਦੀ ਆ ਕਬੂਤਰ ਦੀ, ਠੀਕ ਆ। ਉੱਦਾਂ ਇਹ ਸਵੇਰੇ ਭਿਉਂਦੇ ਹੋ ਪਾਣੀ, ਠੀਕ ਆ, ਰਾਤ ਨੂੰ 9 ਵਜੇ ਇਹ ਪਾਣੀ ਲਾਉਣਾ ਹੀ ਲਾਉਣਾ, ਠੀਕ ਆ। ਅਤੇ ਉਦੋਂ ਬਾਅਦ ਜਦੋਂ ਇਹ ਤੁਸੀਂ ਲਾਤਾ ਸੈੱਟ ਹੈ, ਠੀਕ ਆ, ਅਤੇ ਕਈ ਵਾਰੀ ਕਬੂਤਰ ਸੈੱਟ ਨਹੀਂ ਹੁੰਦਾ ਆਪਣਾ, ਜਦੋਂ ਰਾਤ ਨੂੰ ਪਾਣੀ ਲਾ ਦੀ ਹੈ ਨਾ, ਕਈ ਵਾਰੀ ਖਿੱਚਦਾ ਨਹੀਂ ਹੁੰਦਾ,
उदू बाद उन्हों पलटा के 10 ml पानी दे दौ सादा दे के बिठा दौ है ना खुडे छड़े पिंजरिया च ना रखियो क्योंकि पिंजरिया कई बार कबूतर चलता नहीं हुंदा ठीक है जेडे खुडे चो रहा वो खुडे च टोरना बिठा दौ वो 10 ml पानी होगा वो खिंच जूगा ठीक है। उदू बाद जे क्योंकि थोनू पता जे पानी ना खिंचे गलछन लग जाए कबूतर या गोटा खड़ा आ जाए मतलब पानी नहीं चलाते है ना तुम देख लियो मुड़ के उन्होंने पलटा के 10 ml पानी दे के सादा बिठा दौ ठीक है। उदू बाद फिर रात को यह 4 बजे लायो गेड़े वाले दिन 4 बजे लाता उदू बाद गेड़िया ते आ गया गेड़िया ते थोनू पता आपां बई बाला कबूतर डाउंदे नहीं हुंदे घरे मचाउंदे नहीं ठीक है। 12-1 बजे आपका ला लियो ठीक है ला के उन्होंने बिठा लियो बिठा के उदू बाद जिवें सांभ संभाल है ना थोड़ा पानी जो भी कुछ करते हो है ना बदम बदूम जो कुछ देना होंगे आपका दो ठीक है। उदू बाद सांभ वाले दिन ठीक है जिदे सांभ होगी उदे का दसदा थोनू। सो वीरे जिदे सांभ हुई तड़के आपके बदम बदूम दे दौ ठीक है तो दे के बिठा दौ बिठा के उदू बाद शाम 7 बजे पानी लाना ठीक है। जो 7 बजे क्योंकि आप कई तीज ते छड़ते कई चौथे दिन ते छड़ते हैं है ना तुम्हें सारे पता ही है 7 बजे पानी ला के उन्होंने बिठा दौ टोरना बैठा रहूगा ठीक है पानी खिंच जूगा उदू बाद आपका माड़ा मोटा पानी दे दौ। उदू बाद अगले दिन जिते आप सामभना हों बदमा ठीक है फुल गर्मी च बई 5 बदामा सामभ लियो ठीक है 5 ते सामभ लियो 4 ते सामभ लियो बस इन्नी कते सामभना आ टकते ठीक है फुल गर्मी च। उदू बाद जो तुम सामता सारा करता आलू बुखारे वाली आ गेम वो अगली वीडियो थोनू दसूंगा सारा टोटल आलू बुखारे का की गेम है तो नाले बापू के कबूतर भी दिखाऊंगा तो गल्लां बातां भी सारियां ठीक है। तुम 7 बजे पानी ला के बिठाता बैठा रहा उदू बाद तड़के आपका 5 बदामा 4 ते सामभ लिया ठीक है सामभ के उदू बाद थोनू पता ही है भी 2:30 3 है ना 2:30 3 3 बजे तो पहला पहला कबूतर खाली हो जाता जदों उदू बाद खाली हो गया ठीक है। इदू बाद टाइम च आलू बुखारा लगता उदू बाद मैं तुम्हें टाइम दसदा ठीक है। रात को तुम पहला इनू 8 बजे पानी लाना ठीक है 8 बजे जो पानी खिंच गया 20 ml ही लाना बई दो नलकियाँ एक चूंडी भिओनी है वो एक नलकी लानी है ठीक है। ये पानी लाता तुम 8 बजे 8 बजे लाता उदू बाद कबूतर देख लियो आपके खुडे च छड़ो बई उन्होंने रैसट कर दिया करो बाला ना पानी तुनी जलिया करो भी घंटे घंटे बाद नलकियाँ 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 हिसाब ना पानी देना हों है ना आप भैन पानी दे 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 बस पूरा ही कर दें है ना। सो ये काम ना कराया करो पानी बतता ही देता हों ठीक है पानी पूनी दे के बई जो बिठाता यह पानी खिंच जूगा ना घंटे 1.5 घंटे च उदू बाद देख लो जो पानी खिंच गया 10 ml सादा पानी दे के बिठा दे ठीक है बिठाता। उदू बाद आलू बुखारे वाली गेम आऊगी वो अगली वीडियो दसूंगा है ना आलू बुखारा भी फुल गर्मी च लगता बापू ने सहु खा के दसिया भी बई मैं ही लाना गांह हूँ मैं भी कबूतर सामभूंगा है ना तो ये बापू की गेम से भी आप सामभागे कि आपके कबूतर ठीक है। उदू बाद जो 8 बजे पानी लाता खिच खुच गया उदू बाद सादा पानी देता ठीक है। उदू बाद वाली गेम थोनू अगली वीडियो दसूंगा तो यह सवेरे गर्मी के हिसाब न जो तुम पानी लाना उदू बाद पहला पलटा 1 बारी ठीक है जोड़ा माड़ा मोटा पानी पुनी होगा ये सारा साफ कर दौ बोटा पलटा फुल गर्मी हुई ठीक है 2 बजे पलटा दौ 2 बजे पलटा के उदू बाद 5 ml सादा पानी दे के बिठा दौ ठीक है। ये बैठा रहूगा घंटा पानी पुनी जो चला जूगा उदू बाद सही 3 बजे पानी लाना पलटा जरूरी है बई ठीक है पलटाओ जरूर कबूतर। कई भरा मैं देखा मैं खुद ही गल दसदा बई मेरा बच्चा सीगा ठीक है मैं बाजी छड़िया सी रात में पलटाया वो गर्मी के हिसाब नाल ठीक है तो मैं 7 बदामा सांभिया होया सीगा गर्मी वधिया सीगा कोई टैंपरेचर घट नहीं सीगा पूरा वधिया सीगा दिन लग्या होया सी यार उते ठीक है शाम जी नूं दिन खराब हो गया सी ते छड्डण तो पहला 15 मिनट पहला मैं पलटाया होगा क्योंकि रंग लग्या होया सीगा कई कहिंदे रंग गिल्ला है ना नाई ते जाके सी ड्रैह ड्रूर मारी उत्थी मैं उन्हूं पानी दित्ता थोड़ा जिहा दे के पानी पलटाता पलटा के उदू बाद मैं हिसाब ला लो 10 ml पानी ते छड्डिया सीगा ते शाम नूं 6:20 कीते सी बच्चे ने ठीक है। उह बाजी ते तुसीं पलटाउणा आपदे हिसाब नाल देख लियो जिवें तुहानूं तुहाडा कबूतर दसूगा है ना कबूतर दे रंग भंग ही दस दिंदे आ बाकी तुहानूं गर्म गुर्म करन दा वी तरीका दस्सांगे अगे वीडियो च भरा बण के जुड़े रहो ते वीडियो पूरी देखियो ते तुहानूं मैं कहा वी मेरे 5000 सबसक्राइबर पूरे कराउणे आ ते आह वीडियो वध तों वध चलणी चाहीदी है ते भरा बण के रिक्वेस्ट आ वी पूरी देखियो वीडियो इह ठीक है। हुण तुहानूं पता लग गया 3 बजे पानी लाउणा ला के बिठा दौ उदू बाद जो तुम बाजी छड़ना उदू पहला 5-7 मिनट 10 मिनट पहला हिसाब ना पलटाओ कई भरा पलटा लगे ही भैन चो पोटा
बुरा हाल कर देंदे कबूतर का नहीं पलटाउणा आउंदा है ना, वह भी अगे वीडियो बना देंगे पलटाई वाली। ठीक है पलटाउणा हिसाब नाल हुंदा, कई भरा दिंदे आ पानी ठीक है दे के दह गोडे ते दह गोडे ते दह गोडे ते। ठीक है कई बार कबूतर का सोजन आ जाती है पोटा सोज जाता है ना जो आप पलटाने, पलटाउण दे भी बहुत हुंदा, आराम नाल नूं पलटायो खाली हो जूगा, उदू बाद वाहिगुरू का नाँ लैके जिन्ना पानी होगा दे के पानी छड़ दिओ। ठीक है तो हुण तुहानूं दसदा मैं अगे आपां तुहानूं लिखाता गुलाब के फुलों तक, उदू बाद अनारदाना दो तोले ठीक है, सिट्टा मिश्री है दो तोले ठीक है, मेहंदी है एक तोला, समुद्री झग है एक तोला, छोटी इलायची है दो तोले, पिपलामेंट है एक मासा ठीक है, त्रिफ मलिंगा होंदा एक वह भी है एक तोला ठीक है, तो एक बच्चे केसर ठीक है, एक माशा पाना तुम केसर, तो केसर लेना भाई ओरिजिनल 100 रुपये की डब्बी जी आती है वो ना लियो, 250 का 250 का आता वधिया वाला चंगे वाला लियो। ठीक है कोई बाला महंगा पानी नहीं है ये, मैनू लगता भी सारा 400-450 का पानी होगा ये मसा। ठीक है बना के रख लियो सारे मिक्स कर लियो पाउडर वधिया कपड़ छान करो, तो एक गल दसदा वीरे इनू जो रगड़ोंगे इनू कूडे च रगड़ना आप, चाहे लोहे वाला कूडा जहा हो ठीक है, नहीं अपने पत्थर के कूडे चलते अच्कल वो करना मिक्सी च नहीं करना। ठीक है सारे का वधिया पाउडर बना के एन कपड़ छान कर लियो बरीक कर लियो सारा कुछ साफ करके मिला के। ठीक है उदू बाद रख लियो एक सीजन यह चलता हों, हूँ थोनू सारा दसता बई सारा पानी दसता ठीक है सारा कुछ दसता, हाथ जोड़ के बेनती है हूँ थोड़े कमेंट आने चाहिए मैं वो तो वह जोड़ा भरा भी वीडियो देखूगा वो थले कमेंट जरूर करेगा तो आपकी राय जरूर देगा। ठीक है तो यही अपनी बेनती है मेरे सारे भरावान है ना, वधिया तो वधिया कमेंट करो तो वध तो वध कमेंट आने चाहिए, तो 5000 सबसक्राइबर मेरा पूरा होना चाहिए। ठीक है तो ये वीडियो तो वध तो वध इनू शेयर करके व्यू लिया तो थोड़े भा की सपोर्ट करनी है, मैं थोड़े नाल इंस्टाग्राम आई डी मैं थोड़ा दसती मेरी मर जाना गिल वो तो मैं मैसेज करके जो मर्जी पूछ लियो बई आप सौ खा के कहने जिन्ना आपको पता आप सारा दसांगे। ठीक है आ कापियां भरिया पारिया है ना तीन अंदर पे सारा कुछ लिखा हुआ A to Z बई, तो गां थोनू गोली भी शेयर करूँगा। ठीक है वो आपसनल करा ठीक है, बाकी बापू तो पुछ के ठीक है वो गलबात करके मेरे को लिखी पई है, जो कह तो आप शेयर कर देंगे। ठीक है क्योंकि पहला मैं बहुत रिक्वेस्ट करके आ पानी बापू तो शेयर कराया आपका भी, महा बापू कोई गल नहीं यार पानी का सिरते नहीं हुंदा कला बंदे की किस्मत भी हुंदी है ना, जे अपने करके किसी भरा का कोई फायदा हुंदा ठीक है तो आपां नूं दवावां ही देगा यार, पर दवावां का की है तुसीं आ पिछली वीडियो च दिखाई दिता दवावां कितनियां ने। ठीक है मैं भी देखिया सीगा भी चल पानी का नहीं पता लग्गिया भी मैं अगे वधिया वीडियो पाऊंगा है ना, पर तुसीं मैनूं सारा दिखाई दिता इसो कृपा करके हुण तुहानूं सारी वीडियो का सारा कुछ दसता, हजे भी जे ना किसी पता लगे बई फिर तो वह जुंगणी वाला जवाक आ। ठीक है फिर तो वह सीप की कहें होंगे ने जवाकों चुंगनी जिन्होंने सीपर पता नहीं डीपर कहें होंगे ने, फिर तो वो चुंगण वाला जवाक आ, कोई तुम नर्सरी के जवाक नहीं है कि बई सीधा कोई नहीं दसदा हों, गल्लां अगला दसदा हों समझ अपनी होंगी है। ठीक है उही गल आ जाती है उस्ताद ने कला दसना हों दिमाग आप भी लाना होंगे जिन्हें इन्ने ना ने ना बई आपके दिमाग नाल ने। ठीक है मेहनत करते हैं अगले तो करके अगे खुराक भी दसांगे सब कुछ दसांगे यार। ठीक है तो गांह बाजिया जिहड़े जिहड़े भरा जितणगे आप ही कमेंट करके वीडियो बना बना के मैनूं देणगे मैं आपकी यूट्यूब चैनल पर पाऊँगा, सो हुण वध तो वध सपोर्ट करो ये वीडियो पूरी देखनी है तुसीं। ठीक है लै हुण 20 मिनटां दी इह वीडियो होगी तो भरा बन के उही कामना करो भी भजाई गए भजाई गए भजाई गए। ठीक है कुछ नहीं पल्ले पैना क्योंकि इस करके अड्डो अड्ड दस्सिया मैं भी भरा मेरे पूरी वीडियो देखणगे तो फुल सपोर्ट करनगे हुण मैनूं, तो मैं थोनों कहा भी मेरे सबसक्राइबर 5000 पूरे होने चाहिए 20 मिनटां दी वीडियो होने वाली है, सो भरा बन के सारे हुण हाथ जोड़ के बेनती है जिन्हें जिन्हों प्यार करते हो ना उहदे करके अपनी वीडियो नूं वध तों वध सपोर्ट करो, तो सबसक्राइबर मेरे 5000 कर दो पूरे। ठीक है 2500 ने तो 5000 पूरे करने क्योंकि 10-10 हज़ार बंदा अपनी वीडियो देखता पर सबसक्राइब नहीं करते यार, थोड़ा कुछ नहीं जाता सबसक्राइब तो पैसे नहीं लगते थोड़े। ठीक है तो मेरे भरा मेरे वर्गे का थोड़ा जहा काम चल पूगा मैं भी आपके खोटे खाटे पा लाँगे है ना, आप सो भरा बन के सपोर्ट करो आपके भरा की वध तों वध। ठीक है अज तक मैं इन्ना एक ज़्यादा नहीं किसी कहा सीगा पर तुसी जिहड़ियां इतकी कमेंट कीते सी तां करके कहना पिया वधिया वधिया चंगे कमेंट भी लाइक भी आने चाहिए ने, ते भरा बन के अपना चैनल का वाच टाइम पूरा कर दो हुण थोड़े सिर ते आ, ये ना हो भी हुण 20 मिनटां दी वीडियो है। ठीक है तो देखो तुसी 2 मिनट भजा भजा के कुछ नहीं पल्ले पैना, थोड़े करके सारा पानी दिता भी अगे भी पानी लिखावांगे सारा कुछ गुड़ पानी गोली जो भी है खुराक सारा कुछ दसांगे थोनू वाहिगुरू ने हाजर नाजर जाण के कहना सब सच दसांगे बई अज तक किसी ने नहीं दस्या होना। ठीक है अपने नाल जुड़ के देखियो
ਤੇ ਤੁਹਾਨੂੰ ਆਪ ਪਤਾ ਲੱਗੂਗਾ ਤੇ ਬਾਜੀਆਂ ਜਦੋਂ ਜਿੱਤੋਗੇ ਤਾਂ ਆਪੇ ਮੈਨੂੰ ਵੀਡੀਓ ਬਣਾ ਬਣਾ ਕੇ ਭੇਜਿਆ ਕਰੋਗੇ। ਸੋ ਇੰਨੀ ਕੀ ਬੇਨਤੀ ਸੀ, ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ, ਵੱਧ ਤੋਂ ਵੱਧ ਸ਼ੇਅਰ ਕਰਨਾ। ਬਸ ਉਹੀ ਕਹਿੰਦੇ ਹੁੰਦੇ ਨਾ ਵੀ ਤੱਕ ਹੀ ਪਾ ਦਿਓ, ਠੀਕ ਆ। ਬਸ ਮੈਨੂੰ ਐਂ ਬਸ ਲੱਗੇ ਵੀ ਮੇਰੇ ਭਰਾਵਾਂ ਨੇ ਮੈਨੂੰ ਫੁੱਲ ਸਪੋਰਟ ਕੀਤੀ ਆ, ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ, ਇੰਨੀ ਕੁ ਬੇਨਤੀ ਸੀ। ਸੋ ਲਵ ਯੂ ਆਲ ਆ, ਜਿਹੜੇ ਮੇਰੇ ਭਰਾ ਮੇਰੇ ਨਾਲ ਜੁੜੇ ਹੋਏ ਚੰਗੇ ਕਮੈਂਟ ਕਰਦੇ ਆ, ਸਾਰਿਆਂ ਨੂੰ ਦਿਲੋਂ ਲਵ ਯੂ ਆ, ਅਤੇ ਜਿਹੜੇ ਭਰਾ ਮਾੜੇ ਕਰਦੇ ਆ ਉਹਨਾਂ ਨੂੰ ਵੀ ਦਿਲੋਂ ਲਵ ਯੂ ਆ। ਚੱਲ ਕੋਈ ਨਾ, ਅੱਗੇ ਤੁਹਾਨੂੰ ਹੌਲੀ ਹੌਲੀ ਆਪਣੇ ਆਪ ਬੰਦੇ ਦਾ ਪਤਾ ਲੱਗਣ ਲੱਗ ਜਾਂਦਾ ਵੀ ਸੱਚਾ ਕਿ ਕਿਵੇਂ ਆ, ਹੈ ਨਾ। ਸੋ ਅੱਗੇ ਅੱਗੇ ਜਿਵੇਂ ਵੀਡੀਓ ਪਾਵਾਂਗੇ ਤੁਹਾਨੂੰ ਪਤਾ ਲੱਗੂਗਾ, ਆਪਣੀਆਂ ਪਿਛਲੀਆਂ ਵੀਡੀਓ ਵੀ ਦੇਖ ਲਿਓ, ਠੀਕ ਹੈ। ਅਤੇ ਉੱਤੇ ਵੀ ਹੁਣ ਆਈ ਬਟਨ 'ਚ ਵੀ ਆਪਣੀ ਵੀਡੀਓ ਨਾਲ ਸ਼ੇਅਰ ਹੋਊਗੀ, ਅਟੈਚ ਹੋਊਗੀ, ਉਹਨੂੰ ਵੀ ਜ਼ਰੂਰ ਦੇਖਣਾ, ਠੀਕ ਹੈ। ਸੋ ਇੰਨੀ ਕੁ ਬੇਨਤੀਆਂ, ਬਹੁਤ ਬਹੁਤ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ।